ਵਾਲ ਸੋਣਾ ਹੈ ਕੱਲ ਤੈਨੂੰ ਲੱਗਣਾ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ newsnumber.com ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੈਂ ਨਵਿਆ ਬੇਰੀ ਮੈਂ ਤਰੁਣ ਅਈਅਰ newsnumber.com ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਰੰਗ ਪੰਜਾਬ ਦੇ ਇਹਦੇ ਵਿੱਚ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਲੋਕ ਗਾਇਕੀ ਦੇ ਨਾਲ ਸਭ ਦੇ ਦਿਲਾਂ ਵਿੱਚ ਰਾਜ ਕੀਤਾ ਯਾਨੀ ਕਿ ਮਨਪ੍ਰੀਤ ਬੁੱਗਾ ਜੀ ਅਤੇ ਸਰਬਜੀਤ ਬੁੱਗਾ ਜੀ ਸਭ ਤੋਂ ਪਹਿਲਾਂ ਤੁਹਾਡੇ ਦੋਵਾਂ ਦਾ newsnumber.com ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਾਡਾ ਵੀ newsnumber ਚੈਨਲ ਵਾਲਿਆਂ ਨੂੰ ਦੀ ਟੀਮ ਨੂੰ ਪੂਰੀ ਟੀਮ ਨੂੰ ਜੀ ਐਂ ਕਹਿੰਦੇ ਹਾਂ ਜੀ ਸਾਡੇ ਤੱਕ ਪਹੁੰਚ ਕੀਤੀ ਹੈ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੀ ਕਿ ਤੁਸੀਂ ਕਦੋਂ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਕਦੋਂ ਤੁਸੀਂ ਇਹ ਚੀਜ਼ ਡਿਸਾਈਡ ਕਰ ਲਈ ਕਿ ਮੈਂ 뮤직 ਇੰਡਸਟਰੀ ਦੇ ਵਿੱਚ ਹੀ ਆਪਣਾ ਕਰੀਅਰ ਬਣਾਉਣਾ ਦੇਖੋ ਜੀ ਉਹ ਜਿਵੇਂ ਕਹਿੰਦੇ ਨਾ ਵੀ ਜੇ ਕਿਸੇ ਚੀਜ਼ ਦੀ ਲੱਤ ਲੱਗ ਜਾਣੀ ਮੈਨੂੰ ਤਾਂ ਬਚਪਨ ਤੋਂ ਸੀਗਾ ਜਦੋਂ ਮੈਂ ਛੋਟਾ ਸੀ ਸਕੂਲ ਤੋਂ ਹੀ ਤਕਰੀਬਨ 10ਵੀਂ ਕਲਾਸ 9ਵੀਂ 'ਚ ਮੈਂ ਕੰਪੀਟੀਸ਼ਨ ਲੜਨ ਲੱਗ ਗਿਆ ਸਕੂਲ ਵੱਲੋਂ ਔਰ ਇੱਕ ਮੇਰੀ ਇੱਕ ਟੀਮ ਸੀਗੀ ਸਕੂਲ 'ਚ ਤਰਨ ਤਾਰਨ ਮੈਂ ਤਰਨ ਤਾਰਨ ਸਾਹਿਬ ਪੜ੍ਹਦਾ ਸੀਗਾ ਔਰ ਉੱਥੋਂ ਮੈਨੂੰ ਫਸਟ ਮੈਂ ਪਰਫੋਰਮੈਂਸ ਕਰਨ ਦਾ ਮੌਕਾ ਮਿਲਿਆ ਮੈਨੂੰ ਇੱਕ ਬਹੁਤ ਸਾਰੇ ਕਾਲਜ ਸਕੂਲ ਆਏ ਸੀ ਜਿੱਥੇ ਵਿੱਚ ਮੇਰਾ ਫਸਟ ਪ੍ਰਾਈਜ਼ ਮੇਰਾ ਸੀਗਾ ਫਸਟ ਸੀਗਾ ਮੈਂ ਅਤੇ ਮੇਰੇ ਸਕੂਲ ਵਾਲੇ ਵੀ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਸੀਗੇ ਵਿਕਾਰ ਉਸ ਤੋਂ ਬਾਅਦ ਅੰਮ੍ਰਿਤਸਰ ਨਾਈਟ ਹੋਈ ਸੀਗੀ ਪਰ ਆਪਣੇ ਆਪ 'ਚ ਇਹ ਨਹੀਂ ਸੋਚਿਆ ਕਿ ਮੈਂ ਇੰਨਾ ਵੱਡਾ ਮੈਨੂੰ ਹੰਗਾਰਾ ਮਿਲੇਗਾ ਪਰ ਇੱਥੇ ਵੀ ਜਦੋਂ ਮੇਰਾ ਨਾਮ ਅਨਾਊਂਸ ਹੋਇਆ ਵੀ ਉਹ ਇੱਥੇ ਵੀ ਫਸਟ ਸੀਗਾ ਕਿਆ ਬਾਤ ਹੈ ਅਤੇ ਉਸ ਤੋਂ ਬਾਅਦ ਫਿਰ ਮੇਰੇ ਸਾਰੇ ਟੀਚਰ ਔਰ ਮੇਰੇ ਯਾਰ ਦੋਸਤ ਸਾਰੇ ਹੀ ਕਹਿਣ ਲੱਗ ਗਏ ਕਿ ਤੂੰ ਇਸ ਪਾਸੇ ਆ ਪਰ ਉਸ ਤੋਂ ਬਾਅਦ ਮੈਂ ਹੋਰ ਕੰਮ ਕਰਨ ਲੱਗ ਪਿਆ ਕਈ ਪਰ ਉਹ ਜਦੋਂ ਵੀ ਮੈਨੂੰ ਕਿਤੇ ਮੇਰਾ ਟੀਚਰ ਮਿਲਦੇ ਸੀ ਜਾਂ ਕੋਈ ਹੋਰ ਮਿਲਦੇ ਸੀਗੇ ਤਾਂ ਨਾ ਕਿਤੇ ਮੇਰਾ ਵੀ ਰੁਝਾਨ ਬੜਾ ਸੀਗਾ ਫਿਰ ਮੈਂ ਹੌਲੀ ਹੌਲੀ ਕੋਈ ਕੰਮ ਕਰਦਾ ਸੀ ਮੈਂ ਕਲਾਕਾਰਾਂ ਦੇ ਆਫਿਸ 'ਚ ਜਾਣਾ ਚੱਲੂਗਾ ਅਤੇ ਮੈਂ ਸਿੱਖਣਾ ਚਾਲੂ ਕਰਤਾ ਸਿੱਖਣ ਦੇ ਨਾਲ ਨਾਲ ਮਾਰਕੀਟ 'ਚ ਇੱਕ ਸਾਲ ਮੈਂ ਕਲਾਕਾਰਾਂ ਕੋਲ ਬਹਿਣਾ ਖੁਣਾ ਚਾਲੂ ਕਰਤਾ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਮੇਰਾ ਆਪਣੀ ਐਲਬਮ ਆ ਗਈ ਉਹ ਹਿੱਟ ਹੋ ਗਈ ਕੀ ਬਾਤ ਹੈ ਜੇ ਮੈਮ ਤੁਹਾਡੇ ਬਾਰੇ ਗੱਲ ਕਰੀਏ ਤਾਂ ਤੁਸੀਂ ਕਦੋਂ ਇਹ ਡਿਸਾਈਡ ਕੀਤਾ ਕਿ ਮੈਂ 뮤직 ਇੰਡਸਟਰੀ 'ਚ ਆਪਣਾ ਕਰੀਅਰ ਬਣਾਉਣਾ ਮੈਂ ਡਿਸਾਈਡ ਨਹੀਂ ਸੀ ਕੀਤਾ ਦਰਅਸਲ ਇੱਕ ਬਚਪਨ ਦਾ ਸ਼ੌਂਕ ਹੁੰਦਾ ਸਕੂਲ ਦੇ ਵਿੱਚ ਗਾਣਾ ਤਾਂ ਬਸ ਉਹ ਸੀ ਮਤਲਬ ਸਕੂਲ ਦੇ ਵਿੱਚ ਮੈਂ ਸਿੰਗਿੰਗ ਕਰਦੀ ਸੀਗੀ ਉਸ ਤੋਂ ਬਾਅਦ ਮੈਂ ਪਲੱਸ ਟੂ ਦੇ ਇਗਜ਼ਾਮ ਦਿੱਤੇ ਸੀ ਤਾਂ ਇਹ ਮਿਲ ਪਏ ਇਹਨੇ ਦੇ ਨਾਲ ਐਵੇਂ ਹਾਸੇ ਮੈਂ ਹਾਸੇ ਦੇ ਵਿੱਚ ਹੀ ਕੈਸਟ ਕਰ ਲਈ ਤਾਂ ਉਹ ਚੱਲ ਗਈ ਤਾਂ ਫਿਰ ਉਸ ਤੋਂ ਬਾਅਦ ਨਾ ਬਣ ਗਿਆ ਅਤੇ ਫਿਰ ਮੈਨੂੰ ਮਤਲਬ ਇਹ ਗਾਇਕੀ ਲਾਈਨ ਦੇ ਵਿੱਚ ਮੈਂ ਫਿਰ ਆਈ ਹਾਂ ਕੀ ਬਾਤ ਹੈ ਅਤੇ ਤੁਸੀਂ ਸ਼ੁਰੂ ਤੋਂ ਹੀ ਤੁਹਾਨੂੰ ਜਿਹੜੀ ਲੋਕ ਗਾਇਕੀ ਹੈ ਉਹਦੇ ਨਾਲ ਪਿਆਰ ਸੀਗਾ ਕਿ ਤੁਸੀਂ ਇਹੀ ਜੋਨਰ ਚੂਜ਼ ਕੀਤਾ 뮤직 ਇੰਡਸਟਰੀ ਦੇ ਵਿੱਚ ਆਪਣਾ ਪਹਿਲਾ ਕਦਮ ਰੱਖਣ ਦੇ ਲਈ ਦੇਖੋ ਜੀ ਗਾਇਕੀ ਤਾਂ ਇੱਕ ਚੀਜ਼ ਹੀ ਐਸੀ ਕਿ ਉਹਦੇ ਨਾਲ ਤਾਂ ਹਰ ਕਿਸੇ ਨੂੰ ਪਿਆਰ ਹੁੰਦਾ ਗਾਇਕੀ ਸ਼ਬਦ ਹੀ ਇੱਕ ਐਸਾ ਹੈ ਕਿ ਜਦੋਂ ਪਿਆਰ ਦੀ ਗੱਲ ਕਰੀਏ ਤਾਂ ਪਿਆਰ ਤਾਂ ਗਾਇਕੀ ਦੇ ਨਾਲ ਸ਼ੁਰੂ ਤੋਂ ਹੀ ਸੀਗਾ ਕਿਉਂਕਿ ਮੇਰੇ ਪਾਪਾ ਵੀ ਸਿੰਗਰ ਸੀਗੇ ਅਤੇ ਨਾਲ ਦੇ ਨਾਲ ਉਹ ਪੁਲਿਸ 'ਚ ਸੀਗੇ ਅਤੇ ਮੇਰਾ ਫਿਰ ਇਹ ਸੀਗਾ ਕਿ ਮੈਨੂੰ ਗਾਇਕੀ ਦੇ ਵਿੱਚ ਰੁਝਾਨ ਸੀਗਾ ਅਤੇ ਫਿਰ ਜਦੋਂ ਅਸੀਂ ਮਤਲਬ ਗਾਉਣ ਲੱਗ ਪਏ ਤਾਂ ਫਿਰ ਸਾਡਾ ਜਿਹੜਾ ਹਿੱਟ ਹੋਣਾ ਜਦੋਂ ਅਸੀਂ ਹਿੱਟ ਹੋਏ ਉਸ ਤੋਂ ਬਾਅਦ ਫਿਰ ਸਿੰਗਿੰਗ ਜਿਹੜਾ ਇਹਨਾਂ ਨੂੰ ਇੱਥੋਂ ਤੱਕ ਬੁਲੰਦੀ ਅੱਜ ਪਹੁੰਚਾਉਣ 'ਚ ਇਹਨਾਂ ਦੇ ਪਾਪਾ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਹੀ ਵੱਡਾ ਉਹੀ ਮੈਨੂੰ ਐਪਰੀਸ਼ੀਏਟ ਕਰਦੇ ਸੀ ਜ਼ਿਆਦਾ ਕਿ ਤੁਸੀਂ ਗਾਓ ਗਾਓ ਤੁਸੀਂ ਗਾ ਸਕਦੇ ਹੋ ਆਵਾਜ਼ ਵਧੀਆ ਗਾਓ ਮਤਲਬ ਵੈਸੇ ਮੇਰਾ ਕੋਈ ਇੰਨਾ ਜੀ ਰੁਝਾਨ ਨਹੀਂ ਸੀਗਾ ਫਿਰ ਉਹਨਾਂ ਨੇ ਮੈਨੂੰ ਇਹਦੇ ਵੱਲ ਧਿਆਨ ਕਰਾਇਆ ਠੀਕ ਹੈ ਮਤਲਬ ਤੁਸੀਂ ਸ਼ੁਰੂ ਤੋਂ ਹੀ ਫੋਕ 뮤직 ਨੂੰ ਇੰਪੋਰਟੈਂਸ ਤੇ ਪ੍ਰੈਫਰੈਂਸ ਦਿੱਤੀ ਹੈ ਆਪਣੀ ਬਿਲਕੁਲ ਜੀ ਕੈਰੀਅਰ ਦੇ ਵਿੱਚ ਬਿਲਕੁਲ ਤੇ ਹਰ ਬੰਦੇ ਦੀ ਕਿਸੇ ਨਾ ਕਿਸੇ ਦੀ ਅੜਚਨਾ ਤਾਂ ਆਈਆਂ ਹੁੰਦੀਆਂ ਨਾ ਉਹਦੀ ਲਾਈਫ ਦੇ ਵਿੱਚ ਠੀਕ ਹੈ ਅੜਚਨਾ ਤੋਂ ਪੂਰੀਆਂ ਕਰ ਕਰਕੇ ਹੀ ਉਹ ਅੱਗੇ ਤੱਕ ਪਹੁੰਚਿਆ ਹੁੰਦਾ ਅਤੇ ਤੁਹਾਡੀ ਲਾਈਫ ਦੇ ਵਿੱਚ ਇੱਦਾਂ ਦੀ ਕਿਹੜੀ ਅੜਚਨ ਸੀ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਹਾਂ ਉਹ ਹੁੰਦੀ ਉਹ ਆਈ ਸੀਗੀ ਤਾਂ ਹੀ ਅੱਜ ਆਪਾਂ ਇੱਥੇ ਬੈਠੇ ਹੋਏ ਹਾਂ ਮੇਰੀ ਲਾਈਫ 'ਚ ਤਾਂ ਕੋਈ ਨਹੀਂ ਆਈ ਇਹਨਾਂ ਦੀ ਲਾਈਫ 'ਚ ਜ਼ਰੂਰ ਆਈਆਂ ਮੇਰੀ ਤਾਂ ਲਾਈਫ ਹੀ ਇੱਦਾਂ ਦੀ ਸੀ ਪਹਿਲਾਂ ਜੀ ਵੀ ਮੁਸ਼ਕਲਾਂ ਭਰੀਆਂ ਸੀ ਪਿੰਡ ਛੱਡਿਆ ਇੱਥੇ ਆਣ ਕੇ ਨਵਾਂ ਕੈਰੀਅਰ ਸ਼ੁਰੂ ਕੀਤਾ ਔਰ ਮੈਨੂੰ ਅੱਜ ਵੀ ਯਾਦ ਆ ਕਿ ਮੈਂ ਮਨੀ ਪੱਖੋਂ ਬਹੁਤ ਕਮਜ਼ੋਰ ਸੀ ਔਰ ਮੈਂ ਇਹਨਾਂ ਨੂੰ ਵੀ ਘਰ ਜਾ ਕੇ ਇਹਨਾਂ ਦੇ ਘਰ ਸਿਖਾਉਣ ਜਾਂਦਾ ਸੀ ਇਹਨਾਂ ਨੂੰ ਜਦੋਂ ਇਹ ਮੇਰੇ ਨਾਲ ਤਿਆਰੀ ਕਰਦੇ ਸੀ ਐਲਬਮ ਦੀ ਔਰ ਉਸ ਟਾਈਮ 'ਤੇ ਮੈਂ ਇਹਨਾਂ ਨੂੰ ਕਹਿਣਾ ਕਹਿੰਦੇ ਕਿਸ ਚੀਜ਼ 'ਤੇ ਆਏ ਹੋ ਤਾਂ ਮੈਂ ਕਹਿਣਾ ਮੈਂ ਰਕਸ਼ੇ 'ਤੇ ਆਇਆਂ ਜਾਂ ਮੈਂ ਕਿਸ ਚੀਜ਼ 'ਤੇ ਆਇਆਂ ਪਰ ਬਟ ਮੈਂ ਆਪਣੇ ਘਰੋਂ ਤੁਰਦਾ ਸੀ ਬੱਸ ਸਟੈਂਡ ਆ ਜਾਂਦਾ ਸੀ 10 ਕਿਲੋਮੀਟਰ ਤੁਰ ਕੇ ਉੱਥੋਂ ਤੁਰ ਕੇ ਫਿਰ ਇਹਨਾਂ ਦੇ ਘਰ 5-6 ਕਿਲੋਮੀਟਰ ਇਹਨਾਂ ਦੇ ਘਰ ਤੁਰ ਕੇ ਜਾਂਦੇ ਤੁਰ ਕੇ ਰਾਤ ਜਾਂਦਾ ਸੀ ਉਹਨਾਂ ਨੇ ਔਰ ਮੈਂ ਇਹਨਾਂ ਦੀ ਤਿਆਰੀ ਕਰ ਰਿਹਾ ਸੀ ਉਹ 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 ਜਿਹੜੀ ਮਿਹਨਤ ਸੀ ਉਹ ਪਰਮਾਤਮਾ ਨੇ ਵੇਖੀ
ਉਹੀ ਮਿਹਨਤ ਰੰਗ ਲਿਆਈ ਹੈ। ਨਹੀਂ ਤੁਸੀਂ ਜਿਹੜਾ ਅੱਜ ਕੱਲ੍ਹ ਦਾ ਯੂਥ ਹੈ ਜਿਹੜਾ ਕਿ ਮੈਂ ਕਹਾਂਗੀ ਕਿ ਬਹੁਤ ਜ਼ਿਆਦਾ ਡਰਦਾ ਹੈ ਮੁਸ਼ਕਿਲਾਂ ਤੋਂ ਅਤੇ ਸਾਹਮਣਾ ਨਹੀਂ ਕਰਨਾ ਚਾਹੁੰਦਾ ਜਾਂ ਫਿਰ ਥੋੜ੍ਹਾ ਜਿਹਾ ਮਿਸਗਾਈਡਡ ਹੈ ਜਿਹੜਾ ਅੱਜ ਦਾ ਯੂਥ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਮੁਸ਼ਕਿਲਾਂ ਤੋਂ ਨਾ ਡਰਨ? ਮੈਂ ਇੱਕ ਚੀਜ਼ ਦੇਖੀ ਹੈ ਜੀ, ਜਿਹੜਾ ਰਾਹ ਕਠਿਨਾਈ ਵਾਲਾ ਹੋਵੇ ਨਾ ਤਾਂ ਆਪਣੀ ਮੰਜ਼ਿਲ 'ਤੇ ਲੈ ਜਾਵੇ, ਉਹ ਰਾਹ 'ਚ ਹਮੇਸ਼ਾ ਹੀ ਯਾਦ ਰਹਿੰਦਾ। ਉਹ ਤੁਸੀਂ ਆਪਣੇ ਆਪ ਸਮਝੋ ਕਿ ਮੈਂ ਆਪਣੇ ਵਿੱਚ ਇੱਕ ਪਰਮਾਤਮਾ ਨੇ ਇਨਸਾਨ ਮੈਨੂੰ ਐਸਾ ਬਣਾਇਆ ਵੀ ਮੈਨੂੰ ਮੁਸੀਬਤਾਂ ਨਾਲ ਲੜੂੰਗਾ ਤਾਂ ਜ਼ਿਆਦਾ ਵਧੀਆ। ਮੁਸ਼ਕਿਲਾਂ ਦੇ ਹਰ ਕੰਮ 'ਚ ਆਉਂਦੀਆਂ ਅਤੇ ਜਿਹੜਾ ਬੰਦਾ ਮੁਸ਼ਕਿਲਾਂ ਨਾਲ ਲੜਦਾ ਉਹ ਅੰਦਰੋਂ ਪੂਰਾ ਸਟਰੋਂਗ ਹੋ ਜਾਂਦਾ। ਬਿਲਕੁਲ ਸਹੀ ਗੱਲ। ਅਤੇ ਜਿੱਦਾਂ ਤੁਸੀਂ ਹੁਣ ਇਕੱਠੇ ਡੂਅਟ ਗਾਣੇ ਗਾਉਂਦੇ ਹੈਗੇ ਹੋ ਹੈ ਨਾ, ਅਤੇ ਹੁਣ ਤੁਹਾਡੀ ਗੱਲਾਂ ਤੋਂ ਪਤਾ ਲੱਗਿਆ ਤੁਸੀਂ ਵਿਆਹ ਤੋਂ ਪਹਿਲੇ ਵੀ ਇਕੱਠੇ ਗਾਉਂਦੇ ਸੀਗੇ ਹੈ ਨਾ, ਅਤੇ ਮਤਲਬ ਉਸ ਤੋਂ ਪਹਿਲੇ ਤੁਹਾਡੀ ਵਿਆਹ ਤੋਂ ਪਹਿਲੇ ਐਲਬਮ ਤੁਹਾਡੀ ਆ ਚੁੱਕੀ ਸੀ ਜਾਂ ਵਿਆਹ ਤੋਂ ਬਾਅਦ ਤੁਹਾਡੀ ਡੂਅਟ ਐਲਬਮ ਸ਼ੁਰੂ ਹੋਈਆਂ? ਦੋ ਤਿੰਨ ਐਲਬਮਾਂ ਆ ਗਈਆਂ ਸੀਗੀਆਂ ਪਹਿਲਾਂ। ਓਕੇ, ਪਹਿਲਾਂ ਦੋ ਧਾਰਮਿਕ ਆਈਆਂ ਸੀਗੀਆਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਮੈਂ ਮਣੀ ਵੱਲੋਂ ਥੋੜ੍ਹੀ ਹੱਥ ਘੁੱਟਿਆ ਸੀਗਾ, ਔਰ ਉਦੋਂ ਕੰਪਨੀਆਂ ਜੋ ਰਿਲੀਜ਼ ਹੋਣ ਵਾਸਤੇ ਕੰਪਨੀਆਂ ਪੈਸੇ ਮੰਗਦੀਆਂ ਸੀਗਾ ਨਾ, ਅਤੇ ਆਪਾਂ ਉਹ ਫਿਟ ਨਹੀਂ ਸੀ ਕਰ ਸਕਦੇ। ਔਰ ਜਦੋਂ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ ਨੇ ਸੁਣਿਆ, ਇਹਨਾਂ ਨੇ ਸਾਨੂੰ ਦੋਨਾਂ ਨੂੰ ਸੁਣਿਆ, ਫਿਰ ਮੈਨੂੰ ਉਹ ਕਹਿਣ ਲੱਗੇ ਵੀ ਪੈਸੇ ਅਸੀਂ ਲਾਵਾਂਗੇ, ਸਾਨੂੰ ਧਾਰਮਿਕ ਐਲਬਮ ਕਰ ਦਿਉ। ਪਰ ਧਾਰਮਿਕ ਐਲਬਮ ਜਦੋਂ ਆਪਾਂ ਕੀਤੀ, ਅੱਜ ਵੀ ਬਾਬਾ ਬੁੱਢਾ ਸਾਹਿਬ ਦਾ ਮੇਲਾ ਚੱਲ ਰਿਹਾ ਨਾ, ਇਸੇ ਦਿਨ ਮੈਂ ਹਿੱਟ ਹੋਇਆ ਸੀਗਾ। ਉਹ ਅੱਜ ਉਹ ਦਿਨ ਹੈ ਜੇ ਤੁਸੀਂ ਮੇਰੇ ਇੰਟਰਵਿਊ ਲੈਣਾ, ਅੱਜ ਦੇ ਦਿਨ ਮੈਂ ਮੇਰੀ ਸਾਡੀ ਜੋੜੀ ਹਿੱਟ ਹੋ ਗਈ ਸੀ। ਅਤੇ ਕਿਵੇਂ ਹੋ ਗਈ ਸੀ? ਇਸੇ ਟਾਈਮ 'ਤੇ ਜਿਹੜੇ ਟਾਈਮ 'ਤੇ ਤੁਸੀਂ ਬੈਠੇ ਹੋ ਸ਼ਾਮ ਨੂੰ, ਉਹੀ ਕਿਵੇਂ? ਅਸੀਂ ਇੱਕ ਐਲਬਮ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀ, ਠੀਕ ਹੈ, ਔਰ ਮੈਨੂੰ ਆਸ ਨਹੀਂ ਸੀਗੀ ਵੀ ਉੱਥੇ ਹੋਰ ਬੜੇ ਵੱਡੇ ਵੱਡੇ ਕਲਾਕਾਰ ਜਾਂਦੇ ਆ, ਅਸੀਂ ਤਾਂ ਸਾਨੂੰ ਕਿੰਨੇ ਸੁਣਨਾ। ਪਰ ਉਸ ਵਾਹਿਗੁਰੂ ਪਰਮਾਤਮਾ ਨੇ, ਬਾਬਾ ਬੁੱਢਾ ਸਾਹਿਬ ਨੇ ਇੰਨੀ ਕਿਰਪਾ ਕੀਤੀ ਕਿ ਉੱਥੇ ਹੋਰ ਉਸ ਟਾਈਮ 'ਤੇ ਕੋਈ ਸਿੰਗਰ ਸੁਣਿਆ ਹੀ ਨਹੀਂ ਕਿਸੇ ਨੇ। ਹਰ ਪਾਸੇ ਮੇਰੀਆਂ ਉਦੋਂ ਟੇਪਾਂ ਹੁੰਦੀਆਂ ਸੀ, ਹਰ ਪਾਸੇ ਜਦੋਂ ਮੈਂ ਗਿਆ ਮੇਰੀਆਂ ਟੇਪਾਂ ਚੱਲ ਰਹੀਆਂ, ਔਰ ਉਦੋਂ ਮੈਂ ਖੁਸ਼ੀ ਦੇ ਵਿੱਚ, ਪਹਿਲਾਂ ਉਹਨਾਂ ਨੂੰ ਇਹ ਮੈਨੂੰ ਕਹਿੰਦੇ ਸੀ ਆਪਾਂ ਚੱਲੀਏ ਬਾਬਾ ਬੁੱਢਾ ਸਾਹਿਬ, ਇਹਨਾਂ ਦੀ ਮੰਮੀ ਕਹਿੰਦੇ ਬਾਬਾ ਬੁੱਢਾ ਸਾਹਿਬ ਜਾਣਾ, ਮੈਂ ਇਹਨਾਂ ਨੂੰ ਸਾਰੀ ਦਿਹਾੜੀ ਝੂਠ ਬੋਲਦਾ ਰਿਹਾ, ਮਨਾ ਕਰਦਾ ਰਿਹਾ ਵੀ ਮੈਂ ਨਹੀਂ ਜਾਣਾ, ਕਿ ਆਹ ਹੋ ਗਿਆ, ਜੇ ਹੋ ਗਿਆ, ਵੋ ਹੋ ਗਿਆ। ਫਿਰ ਮੈਂ ਐਂਡ ਦੇ ਨਾਲ ਇਹ ਵੀ ਕਹਿਤਾ ਵੀ ਮੈਂ ਉੱਥੇ ਤਾਂ ਨਹੀਂ ਜਾਣਾ, ਮੈਂ ਦਾਰੂ ਪੀ ਲਈ ਆ, ਔਰ ਇਹ ਮੈਨੂੰ ਲੈ ਗਏ। ਅਤੇ ਮੈਂ ਇਹਨਾਂ ਨੂੰ ਇਹ ਕਹਿ ਕੇ ਗਿਆ ਮੈਨੂੰ ਤੁਸੀਂ ਬਾਹਰ ਜਿਹੜਾ ਗੇਟ ਹੈ ਨਾ ਉੱਪਰ ਰੋਡ ਦੇ ਉੱਤੇ ਚਵਾ ਰੋਡ 'ਤੇ, ਉੱਥੇ ਮੈਨੂੰ ਉਤਾਰ ਦਿਓ, ਉੱਥੋਂ ਗੁਰਦੁਆਰਾ ਗੜੀ 8 ਕਿਲੋਮੀਟਰ ਹੈ, ਉੱਥੋਂ ਗੇਟ ਤੋਂ ਮੈਂ ਕਿਹਾ ਚੰਗਾ ਨਹੀਂ ਲੱਗਦਾ ਮੈਂ ਅੰਦਰ ਜਾਂਦਾ। ਮੈਨੂੰ ਇਹ ਪਤਾ ਸੀਗਾ ਵੀ ਜੇ ਉੱਥੇ ਗਿਆ ਮੈਂ ਟੇਪ 'ਤੇ ਵੱਜਦੀ ਨਹੀਂ ਹੋਣੀ ਅਤੇ ਸਾਡੀ ਜੋੜੀ ਟੁੱਟ ਜਾਣੀ ਜਾਂ ਕੀ ਹੋਊਗਾ, ਕੋਈ ਪੈਸਾ ਧੇਲਾ ਲੈ ਆਉਂਦਾ ਕੋਈ ਪ੍ਰੋਗਰਾਮ ਕਰਕੇ ਇੱਧਰ ਉੱਧਰ ਕਰਕੇ। ਪਰ ਨਹੀਂ, ਜਦੋਂ ਮੈਂ ਉੱਥੇ ਗਿਆ ਫਿਰ ਮੈਨੂੰ ਚੇਤਾ, ਪਰ ਵੈਨ 'ਤੇ ਗਿਆ ਸੀ ਅਸੀਂ ਗਏ ਹਾਂ, ਪਰ ਮੈਨੂੰ ਇੰਨੀ ਖੁਸ਼ੀ ਹੋ ਗਈ ਉਸ ਟਾਈਮ 'ਤੇ ਵੀ ਹਰ ਪਾਸੇ ਹਰ ਤਰਫਾਂ ਮੇਲੇ ਦੇ ਵਿੱਚ ਮੇਲਾ ਹੁੰਦਾ ਬਹੁਤ ਵੱਡਾ, ਉਹ ਬਾਬਾ ਬੁੱਢਾ ਸਾਹਿਬ ਜੀ ਇਤਿਹਾਸਿਕ ਮੇਲਾ, ਔਰ ਉੱਥੇ ਇੰਨਾ ਕੁ ਜ਼ਿਆਦਾ ਉਹ ਐਲਬਮ ਹਿੱਟ ਹੋਈ। ਉਸ ਤੋਂ ਬਾਅਦ ਫਿਰ ਵਾਹਿਗੁਰੂ ਦੀ ਕਿਰਪਾ ਨਹੀਂ ਚੜ੍ਹਦੀ ਗਾ, ਫਿਰ ਜਿੰਨੀ ਵੀ ਐਲਬਮ, ਫਿਰ ਅਨੰਦਪੁਰ ਸਾਹਿਬ ਦੀ ਹੋ ਗਈ, ਅਨੰਦਪੁਰ ਸਾਹਿਬ ਵੀ ਮੇਰੀ ਐਲਬਮ ਬਹੁਤ ਹਿੱਟ ਹੋ ਗਈ, ਫਿਰ ਉੱਥੋਂ ਉਹਨਾਂ ਨੇ ਮੈਨੂੰ ਕਾਰ ਗੱਡੀ ਜੋਗੇ ਪੈਸੇ ਦੇ ਦਿੱਤੇ, ਮੈਂ ਕਾਰ ਲੈ ਲਈ ਜਾਣ ਕੇ। ਉਸ ਐਲਬਮ ਦਾ ਨਾਮ ਸੀਗਾ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਗੋਦੀ ਲਾਲ ਖਡਾਵੇ, ਤੇ ਇਹ ਦੋਨੋਂ ਐਲਬਮ ਸਾਡੀਆਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਸੀ, ਲਿਖੀਆਂ ਮੇਰੀਆਂ, ਕਾਫੀ ਫੇਮਸ ਹੋਈਆਂ ਸੀ। ਤੇ ਜੇ ਸਾਨੂੰ ਵੀ ਉਹਦੇ ਕੁਝ ਦੋ ਲਾਈਨਾਂ ਸੁਣਾ ਦਿਓ ਹੁਣੇ ਉਸ ਗੀਤ ਦੇ। ਹਾਂ ਹਾਂਜੀ। ਭੀੜ ਸਾਹਿਬ ਚੰਨੀ ਨੇ ਬੈਠਾ ਬਾਬਾ ਬੁੱਢਾ ਕਹਿੰਦੇ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ, ਭੀੜ ਸਾਹਿਬ ਚੰਨੀ ਨੇ ਬੈਠਾ ਬਾਬਾ ਬੁੱਢਾ ਕਹਿੰਦੇ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ, ਦਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀਏ, ਦਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀਏ, ਜੇ ਬਾਬਾ ਗੰਡਿਆਂ ਤੋਂ ਪੁੱਤ, ਜੇ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ, ਦਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀਏ, ਜੇ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ। ਦੇਬੋ ਸ਼ਿਰੋ ਬਿੰਦੋ ਹੋ ਵੀ ਕਰ ਲਾ ਤਿਆਰੀ ਨੀ, ਪਹਿਲਾ ਦਿਨ ਮਹੀਨੇ ਦਾ ਤੇ ਨਾਲੇ ਸੰਗਰਾਂਦ ਨੀ, ਬਾਪੂ ਨੂੰ ਵੀ ਕਹਿ ਦੇ ਚੱਲ ਹੋ ਜਾ ਤਿਆਰ, ਕਤ ਮੰਜੇ ਉੱਤੇ ਬੈਠਾ ਰੌਲਾ ਪਾਈ ਜਾਂਦਾ ਆ, ਦਰੀ ਉੱਤੇ ਜਾ ਕੇ ਆਪਾਂ ਚੋਲੀ ਅੱਡੀਏ, ਜੇ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ। ਇਹ ਸਾਡਾ ਪਹਿਲਾ ਗਾਣਾ ਹਿੱਟ ਹੋਇਆ। ਕੀ ਬਾਤ ਹੈ! ਨਹੀਂ, ਮੈਂ ਇਹ ਕਹਿਣਾ ਚਾਹਾਂਗੀ ਤੁਹਾਡੀ ਆਵਾਜ਼ ਮੈਮ ਖਾਸ ਤੌਰ 'ਤੇ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਬੁਲੰਦ ਅਤੇ ਦਿਲ ਨੂੰ ਛੂੰਹਦੀ ਹੈ। ਥੈਂਕ ਯੂ। ਅਤੇ ਮੈਂ ਹੁਣ ਬਹੁਤ ਜ਼ਿਆਦਾ ਕਿਊਰੀਅਸ ਹਾਂ, ਅਤੇ ਮੈਨੂੰ ਪਤਾ ਹੈ ਕਿ ਸਾਡੇ ਵਿਊਅਰਸ ਵੀ ਇਹ ਚੀਜ਼ ਨੂੰ ਜਾਣਨ ਵਾਸਤੇ ਬਹੁਤ ਜ਼ਿਆਦਾ ਕਿਊਰੀਅਸ ਹੋਣਗੇ ਤੁਹਾਡੀ ਲਵ ਸਟੋਰੀ ਬਾਰੇ। ਤੁਸੀਂ ਕਦੋਂ ਮਿਲੇ? ਗਾਣੇ ਨੇ, ਮਿਊਜ਼ਿਕ ਨੇ ਤੁਹਾਨੂੰ ਦੋਨਾਂ ਨੂੰ ਮਿਲਾਇਆ, ਅਤੇ ਤੁਸੀਂ ਕਦੋਂ ਇਹ ਚੀਜ਼ ਡਿਸਾਈਡ ਕੀਤੀ ਕਿ ਅਸੀਂ ਦੋਵੇਂ ਕੰਪੈਟੇਬਲ ਹਾਂ ਅਤੇ ਹੁਣ ਸਾਨੂੰ ਦੋਵਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ? ਅਸੀਂ ਮਿਊਜ਼ਿਕ ਦੇ ਥਰੂ ਹੀ ਮਿਲੇ ਸੀਗੇ, ਅਤੇ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕੀ ਕਿ ਮੈਟ੍ਰਿਕ ਪਲੱਸ ਟੂ ਦੇ ਮੈਂ ਪੇਪਰ ਦੇ ਕੇ ਹਟੀ ਸੀ, ਉਸ ਤੋਂ ਬਾਅਦ ਇਹ ਮੈਨੂੰ ਮਿਲੇ, ਅਤੇ ਅਸੀਂ ਟੇਪਾਂ ਸ਼ੁਰੂ ਕਰਤੀਆਂ ਕਰਨੀਆਂ, ਯਾਨੀ ਕਿ ਜਦੋਂ 3 ਸਾਲ ਅਸੀਂ ਅਨਮੈਰਿਡ ਗਾਇਆ
ਅਤੇ ਸਾਨੂੰ ਦੋਨਾਂ ਨੂੰ ਇੱਕ ਦੂਜੇ ਦਾ ਲੱਗਾ ਕਿ ਹੁਣ ਆਪਾਂ ਕੰਫਰਟੇਬਲ ਆਪਸ ਦੇ ਵਿੱਚ ਆਪਾਂ ਐਲ ਆਪਣੀ ਲਾਈਫ ਨੂੰ ਅੱਗੇ ਵਧਾ ਸਕਦੇ ਹਾਂ, ਤਾਂ ਫਿਰ ਉਦੋਂ ਆਪਾਂ ਮਤਲਬ ਮੈਰਿਜ ਦੇ ਬਾਰੇ ਸੋਚਿਆ। ਇੱਕ ਦੂਜੇ ਦਾ ਨਾਂ ਫਿਰ ਦੁਨੀਆਂ ਦੇ ਵਿੱਚ ਜੁੜ ਚੁੱਕਾ ਸੀ, ਹੈ ਨਾ, ਇੱਕ ਦੋਨਾਂ ਦਾ ਨਾਂ ਜੁੜ ਗਿਆ ਸੀ, ਸਰਬਜੀਤ ਬੁੱਗਾ ਇਹ ਪਹਿਲਾਂ ਰੰਧਾਵੇ ਸੀਗੇ, ਠੀਕ ਆ। ਫਿਰ ਉਹ ਉੱਦਾਂ ਹੋ ਗਿਆ ਵੀ ਫਿਰ ਡਿਊਟ ਜਿਹੜੇ ਵਿੱਚ ਕਿਹੜੀ ਕਿਹੜੀ ਮਨਪ੍ਰੀਤ ਬੁੱਗੇ ਵਾਲੀ, ਹੈ ਨਾ, ਉਹ ਹੋਣ ਲੱਗ ਗਿਆ। ਉਹਦੇ ਨਾਲ ਫਿਰ ਅਸੀਂ ਦੋਵਾਂ ਨੇ ਡਿਸੀਜਨ ਵੀ ਨਹੀਂ, ਸਾਡੇ ਘਰਦਿਆਂ ਵੀ ਕਿਹਾ ਵੀ ਮੈਚ ਕਰ ਲਈਏ। ਓਕੇ, ਮਤਲਬ ਤੁਹਾਨੂੰ ਤੁਹਾਡੇ ਘਰ ਤੋਂ ਵੀ ਪੂਰਾ ਸਪੋਰਟ ਸੀ? ਹਾਂਜੀ ਹਾਂਜੀ ਬਿਲਕੁਲ, ਇਹੋ ਜਿਹਾ ਕੋਈ ਮਤਲਬ ਨਹੀਂ ਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ, ਘਰ ਤੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਸੀਗੀ। ਇਹਨਾਂ ਦੇ ਮੰਮੀ ਪਾਪਾ ਵੀ ਕਹਿੰਦੇ ਸੀ ਕਿ ਹਾਂ ਚਲੋ ਜੇ ਗਾ ਰਹੇ ਆ ਤਾਂ ਫਿਰ ਮਤਲਬ ਮੈਰਿਜ ਕਰ ਦਿੰਦੇ। ਇੱਕ ਛੋਟੇ ਨਿੱਕੇ ਜਿਹੇ ਮਿਡਲ ਪਰਿਵਾਰ 'ਚੋਂ ਨਿਕਲ ਗਏ ਔਰ ਉਹ ਪਰਿਵਾਰ ਦੇਖੇ, ਕਿਸੇ ਨੂੰ ਪੁੱਛਿਆ ਦੱਸਿਆ ਜਾਵੇ ਵੀ ਹਾਂ ਉਹ ਤੁਹਾਡਾ ਸੱਚੀ ਤੁਹਾਡਾ ਜਾਂ ਵਕਿਆ ਉਹਨਾਂ 'ਚ, ਉਹ ਫਿਰ ਉਸ ਪਰਿਵਾਰ ਨੂੰ ਹੁੰਦਾ ਨਾ ਵੀ ਅੱਜ ਸਾਨੂੰ ਇਹ ਚਾਰ ਜਣੇ ਜਾਂ ਰਿਸ਼ਤੇਦਾਰ ਜਾਣ ਲੱਗ ਗਏ, ਆਂਢੀ ਗੁਆਂਢੀ ਜਾਣਦੇ ਸੀ, ਅੱਜ ਪੂਰਾ ਵਰਲਡ ਜਾਣਨ ਲੱਗ ਗਿਆ। ਬਿਲਕੁਲ, ਅਸਲ 'ਚ ਜਿਹੜਾ ਨਾਮ ਆ ਨਾ ਬੁੱਗਾ, ਇਹ ਮੇਰਾ ਨਾਂ ਨਹੀਂ ਹੈ, ਮੇਰੇ ਪਿੰਡ ਦਾ ਨਾਂ ਹੈ, ਮੇਰਾ ਨਾਂ ਹੈਗਾ ਸਰਬਜੀਤ। ਔਰ ਜਦੋਂ ਮੈਂ ਸਕੂਲ 'ਚ ਸੀ ਨਾ, ਮੈਨੂੰ ਉਦੋਂ ਹੀ ਬੁੱਗਾ ਕਹਿਣ ਲੱਗ ਗਏ ਸੀ ਲੋਕ, ਅਤੇ ਫਿਰ ਮੈਂ ਹੁਣ ਸਰਬਜੀਤ ਕਿਸੇ ਨੂੰ ਪਤਾ ਵਾ, ਰਿਸ਼ਤੇਦਾਰ ਨੂੰ, ਮੇਰੇ ਰਿਸ਼ਤੇਦਾਰ ਜਿਹੜੇ ਭੈਣ ਭਰਾ ਮੇਰੇ ਉਹ ਤਾਂ ਮੈਨੂੰ ਸਾਹਿਬ ਕਹਿੰਦੇ ਆ ਛੋਟਾ ਨਾਂ ਉਹ, ਬਟ ਜਿਹੜਾ ਬੁੱਗਾ ਉਹ ਫਿਰ ਪੂਰੇ ਵਰਲਡ 'ਚ ਹਿੱਟ ਹੋ ਗਿਆ। ਕੀ ਬਾਤ ਹੈ। ਔਰ ਮੈਂ ਪਿੱਛੇ ਕਰਕੇ ਇੰਟਰਵਿਊ ਆਪਣੇ ਪਿੰਡ ਜਾ ਕੇ, ਪਿੰਡ ਵਾਲੇ ਵੀ ਬਹੁਤ ਜ਼ਿਆਦਾ ਕਦਰ ਕਰਦੇ ਆ, ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਵੀ ਸਾਡਾ ਅੱਜ ਧੀ ਪੋਤਾ, ਹਰ ਮੈਨੂੰ ਕਹਿੰਦਾ ਵੀ ਸਾਡਾ ਆਪਣਾ ਵਾ। ਉੱਥੇ ਹੁਣ ਇਹ ਪਹਿਲਾਂ ਤਾਂ ਇੱਕ ਘਰ ਸੀ ਆਪਣਾ ਆਪਣਾ ਹੀ, ਪਰ ਹੁਣ ਤਾਂ ਸਾਰਾ ਪਿੰਡ ਹੀ ਆਪਣੇ ਘਰ ਲੱਗਣ ਲੱਗੇ ਵੀ ਸਾਰੇ ਆਪਣੇ ਹੀ ਆ, ਕਿਉਂਕਿ ਹਰ ਬੰਦਾ ਮਿਲਦਾ ਖੁਸ਼ ਹੁੰਦਾ। ਜਿਹਦੇ ਜਿਹੜੇ ਕਾਫੀ ਗਾਣੇ ਆ ਚੁੱਕੇ ਹੋਏ ਆ ਨਾ, ਜਿਹਨਾਂ ਵਿੱਚੋਂ ਕਈ ਸੀਗੇ ਲੱਡੂ ਵੰਨੇ, ਸਾਹੇ ਚਿੱਠੀ, ਪਾਰਲੀਮੈਂਟ, ਠੀਕ ਹੈ, ਅਤੇ ਵਿਛੋੜਾ, ਤਿੰਨ ਮੰਜ਼ਲੀ, ਠੀਕ ਹੈ, ਕਾਫੀ ਗਾਣੇ ਆ ਚੁੱਕੇ ਹੋਏ ਹੈ ਨਾ, ਅਤੇ ਇਹਨਾਂ ਵਿੱਚੋਂ ਜੇ ਸਾਨੂੰ ਕੋਈ ਤੁਸੀਂ ਇੱਕ ਗਾਣਾ ਸੁਣਾ ਸਕੋ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੋਵੇ ਤੁਹਾਡਾ ਆਪਣਾ? ਮੈਂ ਤਿੰਨ ਮੰਜ਼ਲੀ ਸੁਣਾਵਾਂਗਾ। ਓਕੇ, ਕਿਉਂਕਿ ਮੈਂ ਲਿਖਿਆ ਹੀ ਇਹਨਾਂ 'ਤੇ ਸੀਗੇ, ਠੀਕ ਹੈ, ਲਿਖਿਆ ਸੀ ਇਹਨਾਂ ਦੇ ਘਰ ਦਾ ਪੂਰਾ ਐਡਰੈਸ ਦਿੱਤਾ ਸੀਗਾ। ਅੱਛਾ, ਪੂਰਾ ਸੇਮ। ਵਿਆਹ 'ਚ ਇੱਕ ਲੜਕੀ ਮਿਲਦੀ ਆ, ਲਿਖਿਆ ਵੀ ਮੇਰਾ ਹੀ, ਵਿਆਹ 'ਚ ਲੜਕੀ ਮਿਲਦੀ ਆ ਅਤੇ ਉਹਨਾਂ ਨੂੰ ਦੋਨਾਂ ਨੂੰ ਉਹ ਮੁੰਡੇ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਉਹ ਫਿਰ ਉਹਨੂੰ ਆਪਣੇ ਤਰੀਕੇ ਨਾਲ, ਜਿੱਦਾਂ ਆਪਾਂ ਪਿੰਡਾਂ ਦਾ ਸਾਡਾ ਸੱਭਿਆਚਾਰ ਉਸ ਤਰੀਕੇ ਨਾਲ ਉਹਨੂੰ ਡਿਮਾਂਡ ਕਰਦਾ, ਪੁੱਛਦਾ, ਉਹਨੂੰ ਫਿਰ ਆਪਣੇ ਤਰੀਕੇ ਨਾਲ ਐਡਰੈਸ ਦਿੰਦੀ ਆ। ਉਹ ਕਹੇਗਾ, ਉਹਦੀ ਸ਼ੁਰੂਆਤ ਸੀਗੀ ਮੈਂ ਲਿਖੀ, ਸਾਰਾ ਪਿੰਡ ਵੇਖ ਗਿਆ ਹਿੱਲ ਕੁੜੀਏ, ਨੱਚਦੀ ਨੇ ਮੋਇਆ ਮੇਰਾ ਦਿਲ ਕੁੜੀਏ, ਸਾਰਾ ਪਿੰਡ ਵੇਖ ਗਿਆ ਹਿੱਲ ਕੁੜੀਏ, ਨੱਚਦੀ ਨੇ ਮੋਇਆ ਮੇਰਾ ਦਿਲ ਕੁੜੀਏ, ਨੀ ਤੂੰ ਲੱਗਦਾ ਕਸੂਤਾ ਪੰਗਾ ਪਾਉਣਾ, ਅਤੇ ਦੱਸ ਦੇ ਡਰੈਸ ਕੁੜੀਏ, ਸਿਰੇ ਲਾ ਕੇ ਮੈਂ ਵਿਆਹੁਣ ਤੈਨੂੰ ਆਉਣਾ, ਤੂੰ ਦੱਸ ਦੇ ਡਰੈਸ ਕੁੜੀਏ। ਪੰਜ ਵੜ ਪਿੰਡ ਤੇ ਚਬਾਲ ਦੇ ਆ ਕੋਲ ਵੇ, ਇੱਕ ਤੈਨੂੰ ਦੱਸ ਦੀ ਨਿਸ਼ਾਨੀ ਚ ਨਾ ਹੋਰ ਵੇ, ਸਿੱਧਾ ਨੱਕ ਦੀ ਸੇਧ ਨੂੰ ਆ ਜੀ, ਮੈਂ ਪੁੱਛਣੇ ਦੀ ਲੋੜ ਕੋਈ ਨਾ, ਤਿੰਨ ਮੰਜ਼ਲੀ ਚ ਬਾਰਾ ਸਾਡਾ ਸੋਹਣਿਆ ਵੇ, ਪਿੰਡ ਵਿੱਚ ਹੋਰ ਕੋਈ ਨਾ, ਡਿਸ਼ ਸਾਡੇ ਚ ਬਾਰੇ ਉੱਤੇ ਲੱਗੀ ਆ ਵੇ, ਪਿੰਡ ਵਿੱਚ ਹੋਰ ਕੋਈ ਨਾ। ਤੁਹਾਨੂੰ ਪਤਾ ਜਦੋਂ ਨਵੀਆਂ ਨਵੀਆਂ ਕੇਬਲ ਆਈ ਸੀ ਨਾ, ਸਿਟੀ ਕੇਬਲ, ਤੋ ਓਡੀ ਛੱਤ ਹੁੰਦੀ ਕੁੜੇ ਤੋਂ ਓਡੀ ਵੱਡੀ ਲਾ ਦਿੰਦੇ ਸੀ ਉੱਤੇ ਡਿਸ਼, ਹਾਂਜੀ, ਉਸ ਟਾਈਮ ਦਾ ਗੀਤ ਸੀਗਾ, ਉਦੋਂ ਡਿਸ਼ਾਂ ਲੱਗੀਆਂ ਸੀਗੀਆਂ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਕਿਹੜੇ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਹੋ ਵਿਊਅਰਸ ਵਾਸਤੇ? ਇੱਕ ਤਾਂ ਸਾਡਾ ਡਿਊਟ ਆ ਰਿਹਾ ਜੀ ਹੁਣ, ਪੈਨਸ਼ਨ। ਅੱਛਾ, ਤੁਹਾਨੂੰ ਪਤਾ ਅੱਜ ਕੱਲ੍ਹ ਜਿੰਨਾ ਚਿਰ ਮੁੰਡਾ ਵਿਆਹ ਨਹੀਂ ਜਾਂਦਾ ਉਹਨਾਂ ਚਿਰ ਮਾਂ ਦਾ ਹੁੰਦਾ, ਅਤੇ ਜਦੋਂ ਵਿਆਹ ਜਾਂਦਾ ਉਹ ਘਰ ਦੀ ਕਹਿੰਦੀ ਲੈ ਮਾਂ ਕੀ ਲੱਗਦੀ ਤੇਰੀ, ਘਰ ਵਾਲੀ ਦਾ, ਘਰ ਵਾਲੀ ਦਾ, ਉਹ ਫਿਰ ਅੱਡ ਬਾਰ ਹੋ ਜਾਂਦੇ, ਅਤੇ ਉਹ ਇੱਕ ਘਰੇਲੂ ਸਟੋਰੀ ਹੈ ਵੀ ਦੋਵੇਂ ਮੀਆਂ ਬੀਬੀ, ਉਹ ਕਹਿੰਦੀ ਤੇਰੇ ਬੇਬੇ ਬਾਪੂ ਦੀ ਰੋਟੀ ਨਹੀਂ ਪਕਾਉਣੀ ਮੈਂ, ਉਹ ਆਪਣੇ ਤਰੀਕੇ ਨਾਲ ਪਕਾਉਂਦਾ, ਲਾਲਚ ਲੁਚ ਦੇ ਕੇ। ਅੱਛਾ, ਇੱਕ ਉਹ ਆ ਰਿਹਾ, ਇੱਕ ਆ ਰਿਹਾ ਬਟੂਆ। ਅੱਛਾ, ਅਤੇ ਇੱਕ ਬਟੂਆ ਆ ਰਿਹਾ, ਇੱਕ ਆ ਰਿਹਾ ਸੁਨਿਆਰਾ ਟਰੈਕ ਆ ਰਿਹਾ, ਇੱਕ ਆ ਰਿਹਾ ਕਾਲੀ। ਕਾਲੀ ਜਿਹੜਾ ਵਾ ਉਹ ਮੇਰਾ ਅਤੇ ਮੇਰੇ ਬੇਟੇ ਦਾ ਇਕੱਠਾ ਟਰੈਕ ਆ ਰਿਹਾ, ਮੇਰਾ ਅੱਗੇ ਬੇਟਾ ਜਿਹੜਾ ਪਲਵਿੰਦਰ ਬੁੱਗਾ ਉਹਨੂੰ ਮੈਂ ਹੁਣ ਇੰਡਸਟਰੀ 'ਚ ਲੈ ਕੇ ਆ ਰਿਹਾ ਜਲਦੀ। ਕਿਆ ਬਾਤ ਹੈ, ਅਤੇ ਇਹ ਇੱਕ ਡਿਫਰੈਂਟ ਜੀ ਫੀਲਿੰਗ ਹੋਊਗੀ ਤੁਹਾਡੇ ਸਾਰਿਆਂ ਵਾਸਤੇ ਕਿ ਤੁਹਾਡੀ ਸਾਰੀ ਫੈਮਿਲੀ ਜਿਹੜੀ ਹੈ ਉਹ ਮਿਊਜ਼ਿਕ ਦੇ ਨਾਲ ਜੁੜੀ ਹੋਈ ਹੈ। ਅਤੇ ਜਿੱਦਾਂ ਕਿ ਤੁਹਾਡੀ ਇੱਕ ਮੈਂ ਸੁਣਿਆ ਮੂਵੀ ਵੀ ਆ ਰਹੀ ਹੈ, ਜੁਦਾਈਆਂ ਮੂਵੀ ਆ ਰਹੀ ਹੈ ਨਾ, ਪੰਜਾਬੀ ਮੂਵੀ ਜੁਦਾਈਆਂ, ਉਹਦੇ ਵਿੱਚ ਤੁਹਾਡਾ ਕੀ ਰੋਲ ਹੈ, ਕਿੱਦਾਂ ਤੁਹਾਨੂੰ ਉਹ ਮੂਵੀ ਮਿਲੀ? ਉਹ ਇੱਦਾਂ ਸੀ, ਮੇਰਾ ਛੋਟਾ ਵੀਰ ਹੈ ਭਰਾਵਾਂ ਤਰ੍ਹਾਂ ਬੱਚਿਆਂ ਵਰਗਾ, ਉਹਦਾ ਨਾਂ ਰੇਸ਼ਮ ਸੀਗਾ, ਰੇਸ਼ਮ ਛੀਨਾ, ਉਹ ਉਹਦੇ ਵਿੱਚ ਹੀਰੋ ਆ, ਅਤੇ ਉਹਨੂੰ ਜਿਹੜੇ ਕੰਪਨੀ ਰਿਲੀਜ਼ ਕਰ ਰਹੀ ਆ ਜਿਹੜਾ ਮੇਰਾ ਵੀ ਹਨੀ ਸੀਨਾ ਸ਼ੀਨਾ, ਉਹ ਮੇਰੇ ਬੜੇ ਪਿਆਰੇ ਮਿੱਤਰ ਨੇ, ਅਤੇ ਮੈਨੂੰ ਇੱਕ ਦਿਨ ਅਚਾਨਕ ਫੋਨ ਆਇਆ, ਮੈਨੂੰ ਨਹੀਂ ਸੀ ਪਤਾ ਫਿਲਮ ਸ਼ੂਟ ਕਰ ਰਿਹਾ ਕੀ ਗੱਲ ਆ ਨਾ, ਮੈਨੂੰ ਫੋਨ ਆਇਆ ਕਿ ਉਸਤਾਦ ਜੀ ਤੁਹਾਡੇ ਨਾਲ ਆਸ਼ੀਰਵਾਦ ਲੈਣਾ, ਕਿਹਾ ਵੀ ਅੱਗੇ ਵੀ ਤੁਸੀਂ ਮੇਰੇ ਨਾਲ ਹੀ ਰਹਿੰਦੇ ਕਿ ਕਿਹੋ ਜਿਹਾ ਆਸ਼ੀਰਵਾਦ, ਕਹਿੰਦੇ ਨਹੀਂ ਮੇਰੇ ਆਰਟ ਗੈਲਰੀ ਆਓ,
ਮੈਂ ਫਿਰ ਗਿਆ ਨਹੀਂ, ਮੈਂ ਕਿਹਾ ਚੱਲ ਬਾਅਦ 'ਚ ਚੱਲ ਜੂੰਗਾ, ਅਤੇ ਉਦੋਂ ਹਨੇਰਾ ਹੋ ਚੁੱਕਾ ਸੀ ਅਤੇ ਉਹਨਾਂ ਮੈਨੂੰ ਫਿਰ ਫੋਨ ਕਰਤਾ ਦੋ ਦਿਨ ਵੀ ਆਓ। ਉੱਥੇ ਮੈਡਮ ਸੁਨੀਤਾ ਦੇਵਗਨ ਸੀਗੀ, ਓਕੇ, ਫਿਰ ਪ੍ਰਹਰਦੀਪ ਭਾਜੀ ਗਿੱਲ ਸਾਹਿਬ ਸੀਗੇ ਅਤੇ ਕੁੜੀ ਹੀਰੋਇਨ, ਅਤੇ ਉਹ ਮੈਂ ਦੂਜੀ ਮੈਂ ਨਾ ਭੁੱਲ ਗਿਆ, ਉਹ ਸੀਗੀ ਉੱਥੇ ਜਿਹੜੀ ਉਹਨੇ ਉਹਦੀ ਮੰਮੀ ਦਾ ਕਿਰਦਾਰ ਕੀਤਾ ਲੜਕੀ ਦਾ, ਹੀਰੋਇਨ ਦਾ। ਉੱਥੇ ਮੈਨੂੰ ਉਹਨਾਂ ਨੇ ਮੈਂ ਕਿਹਾ ਤਾਂ ਮੈਂ ਉੱਥੇ ਸ਼ੂਟ ਹੋ ਰਿਹਾ ਸੀਗਾ ਰਾਤ, ਖਾਲੇ ਟਾਈਪ ਸ਼ੋਅ ਟਾਈਪ ਸਟੇਜ ਲੱਗੀ ਸੀਗੀ, ਅੱਛਾ, ਆਰਟ ਗੈਲਰੀ 'ਚ। ਅਤੇ ਮੈਂ ਉਹਨੂੰ ਪੁੱਛਿਆ ਕਿ ਵੀ ਤੁਸੀਂ ਮੈਨੂੰ ਕਿਵੇਂ ਬੁਲਾਇਆ, ਕਹਿੰਦਾ ਕਹਿੰਦੇ ਪਹਿਲਾਂ ਚਾਹ ਪੀਓ, ਚਾਹ ਚੁੱਲ ਜਾਂਦੀ ਫਿਰ ਕਹਿੰਦੇ ਠੰਡਾ ਪੀਣਾ, ਮੈਂ ਠੰਡਾ ਮੈਂ ਪੀਂਦਾ ਨਹੀਂ, ਚਾਹ ਪੀਓ। ਮੈਂ ਕਿਹਾ ਹੁਣ ਦੱਸੋਗੇ, ਕਹਿੰਦੇ ਵੀ ਆਪਾਂ ਮੂਵੀ ਸ਼ੂਟ ਕਰ ਰਹੇ ਹਾਂ ਅਤੇ ਉਸਤਾਦ ਜੀ ਤੁਹਾਡਾ ਤੁਹਾਡੇ ਕੋਲ ਕੰਮ ਲਾਉਣਾ, ਤੁਹਾਡੇ ਤੁਸੀਂ ਕੰਮ ਕਰਨਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰੀ ਪਹਿਲਾਂ ਇਹ ਦੇਖ ਲਿਓ ਵੀ ਮੇਰੀ ਇੱਜ਼ਤ ਕਿੰਨੀ ਕੁ ਬਣੀ ਆ ਅਤੇ ਕਿਵੇਂ ਆ, ਵੀ ਉਹ ਪਤਾ ਦਾ ਕੰਮ। ਉਹ ਕਹਿੰਦੇ ਜੋ ਅਸੀਂ ਸੋਚਿਆ ਤੁਸੀਂ ਵੀ ਨਹੀਂ ਸੋਚਿਆ ਹੋਣਾ, ਪਰ ਉਹਨਾਂ ਨੇ ਜੋ ਸੋਚਿਆ ਸੀ ਨਾ ਮੇਰੀ ਸੋਚ ਤੋਂ ਬਹੁਤ ਉੱਤੇ ਸੀ। ਉਹਨਾਂ ਨੇ ਮੈਨੂੰ ਉਹ ਜਦੋਂ ਤੁਹਾਨੂੰ ਪਤਾ ਇੱਕ ਕਿਸੇ ਨੂੰ ਗੈਸਟ ਰੋਲ ਦੇਣਾ ਹੋਵੇ ਨਾ ਉਹ ਇੱਕ ਆਮ ਜਿਹਾ ਦਿੰਦੇ ਜਾਂ ਕਿੱਦਾਂ, ਹੈ ਨਾ, ਪਰ ਮੈਨੂੰ ਜਿਹੜਾ ਉਹਨਾਂ ਦਿੱਤਾ ਉਹਨਾਂ ਹੀਰੋਇਨ ਦੇ ਬਰਾਬਰ ਖੜਾ ਕਰਤਾ ਮੈਨੂੰ ਆਪਣੇ। ਉਹਨੇ ਦੇਖਿਆ ਵੀ ਉਹ ਸਾਡੇ ਤੋਂ ਵੱਡੇ ਆ, ਅਸੀਂ ਉਹਨਾਂ ਦੇ ਗੋਡੀਆਂ ਸਲਾਉਂਦੇ, ਉਹਨੇ ਮੈਨੂੰ ਆਪਣੇ ਬਰਾਬਰ ਖੜਾ ਕਰਤਾ ਕਿ ਉਹ ਐੱਮ ਐੱਲ ਏ ਦਾ ਬੇਟਾ ਬਣਿਆ ਹੁੰਦਾ, ਐੱਮ ਐੱਲ ਏ ਦਾ ਐੱਮ ਐੱਲ ਏ ਉਹਨੂੰ ਤੰਗ ਕਰਦਾ ਹੁੰਦਾ ਆਪਣੀ ਉਹ ਜਿਹੜੀ ਬੇਟੀ ਹੁੰਦੀ ਉਹਨੂੰ ਵੀ ਤੰਗ ਕਰਦਾ ਹੁੰਦਾ, ਔਰ ਉਹਦੀ ਟੱਕਰ ਮੇਰੇ ਨਾਲ ਦਿਖਾਤੀ, ਮਤਲਬ ਇੰਟਰਵਲ ਤੋਂ ਬਾਅਦ 'ਚ ਮੈਂ ਆਉਣਾ ਔਰ ਮੇਰਾ ਫੇਸ ਨਹੀਂ ਦਿਖਾਇਆ ਜਾਂਦਾ, ਪਹਿਲਾਂ ਮੇਰੀ ਗੱਡੀ 'ਚ ਉੱਤਰ ਜੁੱਤੀ ਦਿਖਾਈ ਜਾਂਦੀ ਆ, ਫਿਰ ਨਾਲ ਮੇਰੇ ਪੀ ਏ ਹੁੰਦੀ ਕੁੜੀ ਉਹ ਉਹਨੂੰ ਵਿਖਾਉਂਦੇ, ਗਲੀਆਂ 'ਚ ਜਾਂਦੇ ਆ ਪਿੱਛੇ ਹੀ ਦਿਖਾਉਂਦੇ, ਜਦੋਂ ਹੀਰੋਇਨ ਦੇ ਘਰੇ ਜਾਣਾ ਉਦੋਂ ਮੇਰਾ ਫੇਸ ਦਿਖਾਉਂਦੇ ਆ, ਔਰ ਸਾਰਾ ਜਿਹੜੇ ਜਿੰਨਾ ਵੀ ਮੇਰਾ ਰੋਲ ਆ ਸਾਰਾ ਹੀਰੋਇਨ ਦੇ ਨਾਲ ਆ। ਉਹਦੀ ਮੰਮੀ ਤਾਂ ਤੁਸੀਂ ਮੂਵੀ 'ਚ ਦੇਖ ਲਿਆ, ਮੂਵੀ 'ਚ ਦੇਖ ਲੈਣਾ। ਨਹੀਂ ਇਹ ਤਾਂ ਬਹੁਤ ਵਧੀਆ ਗੱਲ ਹੈ, ਤੁਸੀਂ ਮਿਊਜ਼ਿਕ ਦੇ ਇਲਾਵਾ ਵੀ ਤੁਸੀਂ ਇਸ ਫਿਲਮ ਤੋਂ ਐਕਟਿੰਗ 'ਚ ਆਪਣਾ ਡੈਬਿਊ ਕਰ ਰਹੇ ਹੋ, ਜਿਹੜੀ ਕਿ ਬਹੁਤ ਵਧੀਆ ਗੱਲ ਹੈ। ਅਤੇ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਸੀਂ 90 ਦੇ ਦਸ਼ਕ ਤੋਂ ਤੁਸੀਂ ਆਪਣਾ ਸਫ਼ਰ ਜਿਹੜਾ ਮਿਊਜ਼ਿਕ ਇੰਡਸਟਰੀ 'ਚ ਹੈ ਤੁਸੀਂ ਉਹ ਸ਼ੁਰੂ ਕੀਤਾ, ਅਤੇ ਅੱਜ ਦਾ ਵੀ ਇੱਕ ਦੌਰ ਹੈ, ਅਤੇ ਤੁਹਾਨੂੰ ਕਿੰਨਾ ਕੁ ਡਿਫਰੈਂਸ ਲੱਗ ਰਿਹਾ ਤੁਹਾਨੂੰ ਉਸ ਦੌਰ ਦੀ ਗਾਇਕੀ 'ਚ ਅਤੇ ਅੱਜ ਦੇ ਦੌਰ ਦੀ ਗਾਇਕੀ 'ਚ? ਉਸ ਟਾਈਮ ਦੀ ਜਿਹੜੀ ਗਾਇਕੀ ਸੀ ਨਾ ਜੀ, ਉਹ ਸਿੱਖ ਕੇ ਆਉਂਦੇ ਸੀ ਸਾਰੇ, ਅਤੇ ਸਿੱਖ ਕੇ ਗਾਇਆ ਜਾਂਦਾ ਸੀ, ਉਹਨੇ ਇੱਧਰ ਗਾਇਆ ਨਹੀਂ ਸੀ ਜਾਂਦਾ। ਮੈਂ ਹੁਣ ਤੁਹਾਨੂੰ ਇਹ ਕਹਿੰਦਾ, ਜਿਹੜੇ ਅੱਜ ਦੇ ਯੁੱਗ 'ਚ ਆ ਰਹੇ ਨਵੇਂ ਮੁੰਡੇ, ਇੱਕ ਵੀ ਮੁੰਡਾ ਐਸਾ ਕੋਈ ਖੜਾ ਕਰ ਦਿਓ ਜਿਹੜਾ ਆਣ ਕੇ ਲਾਈਵ ਪਰਫੋਰਮੈਂਸ ਕਰਕੇ ਦਿਖਾ ਦੇ। ਬਿਲਕੁਲ, ਕਿਉਂਕਿ ਲਾਈਵ ਪਰਫੋਰਮੈਂਸ ਕਰਨੀ ਕੋਈ ਸੌਖੀ ਗੱਲ ਨਹੀਂ। ਤੁਸੀਂ ਮਾਨਕ ਸਾਹਿਬ ਦਾ ਨਾਂ ਸੁਣਿਆ, ਲਾਈਵ ਗਾਉਂਦੇ ਸੀ, ਇੱਕ ਦੇ ਜ਼ੋਰ ਨਾਲ ਗਾਉਂਦੇ ਸੀ, ਸਦੀਕ ਸਾਹਿਬ ਗਾ ਰਹੇ ਕਿੰਨਾ ਵਧੀਆ ਗਾ ਗਾਉਂਦੇ, ਉਹ ਕਿੰਨੇ ਯੁੱਗ ਤੱਕ ਗਾ ਰਹੇ, ਅਸੀਂ ਅੱਜ 20 ਸਾਲ ਹੋ ਗਏ ਸਾਨੂੰ, 20-22 ਸਾਲ ਹੋ ਗਏ ਆ, ਅਤੇ ਲੋਕ ਸਾਨੂੰ ਅੱਜ ਵੀ ਓਨਾ ਹੀ ਪ੍ਰੋਗਰਾਮ ਆ, ਓਨਾ ਹੀ ਲਾਈਵ ਸੁਣਦੇ ਆ, ਓਨਾ। ਮੇਰਾ 6 ਸਾਲ ਹੋ ਗਿਆ ਮੈਂ ਕੋਈ ਟਰੈਕ ਨਹੀਂ ਕੀਤਾ, ਹੁਣ ਕਰਨ ਲੱਗਾ, ਔਰ ਮੈਨੂੰ 6-7 ਸਾਲ ਤੋਂ ਕੋਈ ਟਰੈਕ ਨਹੀਂ ਕੀਤਾ, ਤਾਂ ਵੀ ਮੇਰੇ ਕੋਲ ਓਨਾ ਹੀ ਵੱਡੇ ਵੱਡੇ ਮੇਲੇ ਆ। ਅੱਜ ਵੀ ਮੇਲਿਆਂ 'ਚ ਜਾ ਰਿਹਾ ਮੈਂ, ਔਰ ਪਿੱਛੇ 3 ਮਹੀਨੇ ਹੋ ਗਏ ਮੇਰੇ ਕੋਲ ਟਾਈਮ ਹੀ ਨਹੀਂ ਸੀਗਾ ਵੀ ਮੇਰੇ ਕੋਲ ਘਰ ਰਹਿਣ ਦਾ, ਠੀਕ ਆ, ਔਰ ਮੇਲੇ ਵੀ ਵੱਡੇ ਵੱਡੇ, ਔਰ ਸਾਨੂੰ ਪੈਸੇ ਦੇ ਕੇ ਉਹ ਬੁੱਕ ਕਰਦੇ ਆ, ਇਹ ਕੋਲੋਂ ਪੈਸੇ ਦੇ ਆਉਂਦੇ ਆ। ਪਿਛਲਾ ਟਾਈਮ ਗਾਇਕੀ ਦਾ ਜਿਹੜਾ ਸੀ ਨਾ ਉਹ ਸਿੱਖ ਕੇ ਆਉਂਦੇ ਸੀ, ਹੁਣ ਦਾ ਯੁੱਗ ਤੋਂ ਉਹਦਾ ਯੁੱਗ ਦਾ ਮੈਂ ਦੱਸਣ ਲੱਗਾ ਤੁਹਾਨੂੰ, ਜਦੋਂ ਅਸੀਂ ਹਿੱਟ ਹੋਏ ਅਸੀਂ ਸਿੱਖ ਕੇ ਹੋਏ, ਔਰ ਉਦੋਂ ਕੰਪਨੀਆਂ ਸਾਡੇ ਘਰ ਆਣ ਕੇ ਸਾਨੂੰ ਪੈਸੇ ਦਿੰਦੀਆਂ ਸੀ, ਔਰ ਅਸੀਂ ਟੋਰਨਾ ਮੰਗਦੇ ਸੀ ਪੈਸੇ, ਔਰ ਮਿੰਨਤਾਂ ਕਰਦੀਆਂ ਸੀ ਵੀ ਸਾਡੇ ਕੋਲ ਐਲਬਮ ਕਰੋ, ਔਰ ਮੈਂ ਹੁਣ ਤੱਕ ਜਿੰਨਾ ਵੀ ਰਿਲੀਜ਼ ਹੋਇਆ ਜਿੰਨੀਆਂ ਵੀ ਐਲਬਮ ਆਈਆਂ ਸਾਰੀਆਂ ਮੋਟੇ ਮੋਟੇ ਪੈਸੇ ਲੈ ਕੇ ਹੋਈਆਂ ਮੇਰੀਆਂ। ਮੈਂ ਇੱਕ ਮੈਗਨਾ ਟੱਚ ਤੋਂ ਲੈ ਕੇ ਉੱਪਰ ਟੀ ਸੀਰੀਜ਼ ਤੱਕ ਸਪੀਡ ਤੱਕ ਸਾਰਿਆਂ ਕੋਲ ਪੈਸੇ ਲਏ ਆ, ਔਰ ਸਾਰਿਆਂ ਨੂੰ ਪਤਾ ਵੀ ਪੈਸੇ ਲਏ, ਪੈਸੇ ਘਰ ਦੇਣ ਆਉਂਦੇ ਸੀਗੇ, ਟੀ ਸੀਰੀਜ਼ ਦਾ ਮਾਲਕ ਜਿਹਦੇ ਘਰ ਆ ਜੇ ਫਿਰ ਉਹ ਤੁਸੀਂ ਆਪ ਦੇਖ ਲਓ ਕਿੱਦਾਂ ਨਾ। ਬਾਕੀ ਦੇਖੋ ਜੀ, ਇਹ ਤਾਂ ਸਦਾ ਬਹਾਰ ਗਾਇਕੀ ਹੈ ਨਾ, ਜਿਹੜਾ ਬੰਦਾ ਸਿੱਖ ਕੇ ਆਉਂਦਾ, ਠੀਕ ਹੈ ਨਾ, ਉਹਦੇ ਵਾਸਤੇ ਉਹ ਚਾਹੇ ਬੰਦਾ ਸਾਲ ਬਾਅਦ ਕੈਸਟ ਕਰਦਾ, ਚਾਹੇ ਉਹ ਆਪਣੀ ਐਲਬਮ 2 ਸਾਲ ਬਾਅਦ ਦਿੰਦਾ, ਉਹਦਾ ਸਟੇਟਸ ਉਹੀ ਰਹਿੰਦਾ, ਕਿਉਂਕਿ ਉਹਦੇ ਉਹਨੇ ਇੱਕ ਦੁਨੀਆ ਦੇ ਦਿਲ 'ਤੇ ਛਾਪ ਆਪਣੀ ਛੱਡੀ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਸਦੀਕ ਸਾਹਿਬ ਉਹਨਾਂ ਦੀ ਗੱਲ ਕਰਦੇ ਪਏ, ਮਾਨਕ ਸਾਹਿਬ ਉਹਨਾਂ ਦੀ ਗੱਲ ਪਰ, ਉਹ ਬਹੁਤ ਹੀ ਵਧੀਆ ਕਲਾਕਾਰ, ਸੁਲਝੇ ਹੋਏ ਇਨਸਾਨ ਸੀਗੇ ਸਾਡੇ ਪਿਓਮਾ ਸਮਾਨ, ਅਤੇ ਉਹ ਦੁਨੀਆ ਦੇ ਦਿਲ 'ਤੇ ਇੱਕ ਛਾਪ ਛੱਡੀ, ਇਸ ਕਰਕੇ ਉਹੀ ਸਟੇਟਸ ਦੇ ਵਿੱਚ ਖੜੇ ਆ। ਬਿਲਕੁਲ, ਅੱਜ ਵੀ ਦੁਨੀਆ ਪਰ ਉਹ ਨਹੀਂ ਗਏ, ਉਹਨਾਂ ਦੀ ਆਵਾਜ਼ ਅੱਜ ਵੀ ਲੋਕ ਉਹਨਾਂ ਨੂੰ ਸੁਣਦੇ ਆ, ਅਤੇ ਤੁਸੀਂ ਅੱਜ ਦੇ ਗਾਣੇ ਦੇਖੋ, ਅੱਜ ਆਉਂਦਾ 3 ਦਿਨਾਂ ਬਾਅਦ ਫਿੱਟ ਹੋ ਕੇ ਉਹ ਪਤਾ ਨਹੀਂ ਲੱਗਦਾ ਫਿਰ ਕਿੱਥੇ ਜਾਂਦਾ। ਬਿਲਕੁਲ ਬਿਲਕੁਲ, ਮੈਨੂੰ ਮੁੰਡੇ ਦਾ ਨਾਮ ਮੈਂ ਸੁਣਦਾ ਉਹਨਾਂ ਨੂੰ, ਪਰ ਜੋ ਸੁਣਦਾ ਮੈਂ ਦੇਖਦਾ ਯਾਰ ਗੱਲਾਂ ਕੱਢ ਕੇ ਗਾਉਂਦੇ ਆ, ਕੋਈ ਉਹਦੀ ਕੰਪੋਜੀਸ਼ਨ ਨਹੀਂ ਹੈ, ਵਰਡਿੰਗ ਨਹੀਂ ਨਾ ਕੋਈ ਹੁੰਦੀ, ਵਰਡਿੰਗ ਨਹੀਂ ਹੈਗੀ। ਤੁਹਾਡੀ ਇਹ ਗੱਲਾਂ ਤਾਂ ਕਾਫੀ ਵਧੀਆ ਲੱਗਦੀਆਂ। ਜਿੱਦਾਂ ਅਸੀਂ ਡਿਊਟ ਕਰ ਰਹੇ ਆ, ਅਸੀਂ ਘਰਾਂ ਦੀ ਨੁਕਸ਼ੋਕ ਗਾਉਂਦੇ ਹਾਂ, ਕੋਈ ਦਿਓਰ ਭਰਜਾਈ ਦੀ ਨੁਕਸ਼ੋਕ ਗਾਉਂਦੇ ਹਾਂ, ਕੋਈ ਜੀਜੇ ਸਾਲੀ ਦੀ ਗਾਉਂਦੇ, ਕੋਈ ਜੇਠ ਭਰਜਾਈ ਦੀ ਗਾਉਂਦੇ ਹਾਂ, ਕੋਈ ਹੁਣ ਦੇਖੇ ਮੁੰਡੇ ਕੁੜੀ ਦੀ ਗੱਲ, ਉਹ ਤਾਂ ਪਤਾ ਲੱਗਦਾ ਕੀ ਹੋਇਆ ਹੈ ਨਾ। ਹੋਰ ਵੀ ਕਾਫੀ ਕਲਾਕਾਰ ਨੇ ਜਿਹੜੇ ਬਹੁਤ ਵਧੀਆ ਗਾ ਰਹੇ ਆ, ਔਰ ਉਹ ਮਾਰਕੀਟ ਦੇ ਵਿੱਚ ਅੱਜ ਵੀ ਛਾਏ ਪਏ।
ਬਸ ਉਹੀ ਗੱਲ ਹੈ ਕਿ ਉਹਨਾਂ ਦੇ ਕੋਲ ਪੈਸਾ ਹੈ ਤੇ ਉਹ ਦੇਖੋ ਪੈਸਾ ਪੈਸੇ ਦੀ ਹੈਲਪ ਦੇ ਨਾਲ ਉਹ ਚਾਹੇ ਉਹਨਾਂ ਦੇ ਕੋਲ ਉਸ ਇਹੀ ਤੁਹਾਨੂੰ ਕਹਿ ਰਿਹਾ ਵੀ ਜਦੋਂ ਜਿਹੜਾ ਸਾਡਾ ਜੋਗੀ ਉਦੋਂ ਹੀ ਪੈਸੇ ਲੈਨੇ ਹਾਂ ਤੇ ਸਾਨੂੰ ਲੋਕ ਰਿਕਾਰਡ ਕਰਦੇ ਸਾਡੀ ਆਵਾਜ਼ ਨੂੰ ਤੇ ਅੱਜ ਇੱਕ ਆਵਾਜ਼ ਆਪਣੀ ਆਵਾਜ਼ ਵੀ ਦਿੰਦੇ ਪੈਸੇ ਵੀ ਦੇ ਕੇ ਉਹਦੇ ਨਾਲ ਬਿਲਕੁਲ ਨਾਲ ਕਿੱਲਾ ਵੇਚ ਕੇ ਜਾਂਦੇ ਬਿਲਕੁਲ ਹੀ ਸਹੀ ਗੱਲਾਂ ਕਹੀਆਂ ਤੁਸੀਂ ਤੇ ਮੈਂ ਹੁਣ ਇਹ ਕਹਿਣਾ ਚਾਹੂੰਗਾ ਤੁਸੀਂ ਜਾਂਦੇ ਜਾਂਦੇ ਸਾਡੇ ਵਿਊਅਰਸ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹੀ ਕਹੂੰਗਾ ਬਈ ਚੰਗਾ ਸੁਣੋ ਚੰਗਾ ਖਾਓ ਤੇ ਚੰਗਾ ਪਾਓ ਸਰ ਦਾ ਤਾਂ ਮੈਸੇਜ ਆ ਗਿਆ ਤੁਸੀਂ ਇੱਕ ਮੈਸੇਜ ਦੇਣਾ ਚਾਹੋਗੇ ਮੈਂ ਜੀ ਦੇਖੋ ਜੀ ਆਪਣੇ ਸਾਡੇ ਭੈਣ ਭਰਾ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਵਾਸਤੇ ਛੋਟਾ ਜਿਹਾ ਸੌਂਗ ਦੇ ਵਿੱਚ ਹੀ ਮੈਸੇਜ ਦੇਣਾ ਚਾਹਾਂਗੀ ਉਹ ਸੌਂਗ ਆ ਰਿਹਾ ਮੇਰਾ ਸੋਲੋ ਆ ਮਾਂ ਆ ਅਤੇ ਮਾਂ ਆਪਣੇ ਬੱਚੇ ਦੀ ਉਡੀਕ ਕਰਦੀ ਹੁੰਦੀ ਹੈ ਬੱਚਾ ਬਾਹਰ ਗਿਆ ਹੈ ਕਮਾਈ ਕਰਨ ਵਾਸਤੇ ਆਪਣੇ ਘਰ ਦੀ ਗਰੀਬੀ ਕੱਢਣ ਵਾਸਤੇ ਅਤੇ ਮਾਂ ਉਹਦੀ ਵੇਟ ਕਰਦੀ ਕਰਦੀ ਉਹਦੇ ਮਤਲਬ ਡੈਥ ਹੋ ਜਾਂਦੀ ਹੈ ਸਾਰਾ ਕੁਛ ਹੋ ਜਾਂਦਾ ਅਤੇ ਮੁੰਡੇ ਕੋਲ ਆਇਆ ਨਹੀਂ ਜਾਂਦਾ ਉਹ ਹੁਣ ਉਹਦੀ ਰੂਹ ਜਿਹੜੀ ਆ ਉੱਠ ਕੇ ਆਪਣੇ ਬੇਟੇ ਕੋਲ ਜਾਂਦੀ ਹੈ ਬਾਹਰ ਅਤੇ ਉੱਥੇ ਜਾ ਕੇ ਮਤਲਬ ਕਰਲਾਉਂਦੀ ਹੈ ਕਿ ਮੈਂ ਤੈਨੂੰ ਉਡੀਕਣ ਡੀ ਅੱਜ ਵੀ ਅਤੇ ਮੇਰਾ ਬੱਚਾ ਮੇਰੇ ਕੋਲ ਹਾਲੇ ਤੱਕ ਆ ਨਹੀਂ ਸਕਿਆ ਇਹੋ ਜਿਹੀਆਂ ਮਜਬੂਰੀਆਂ ਦੀ ਕੁਛ ਛੋਟਾ ਜਿਹਾ ਸੌਂਗ ਜਿਹੜਾ ਹਾਲੇ ਅਪਕਮਿੰਗ ਆ ਆਮਿਲ ਬੱਚਾ ਵੇਵਾ ਜਾ ਮਾਰਾ ਹੈ ਵੇ ਜੱਗ ਵਿੱਚ ਪੁੱਤਰਾ ਹੈ ਨਾਲ ਬਹਾਰਾ ਆਮਿਲ ਬੱਚਾ ਵਾ ਜਾ ਮਾਰਾ ਜੱਗ ਤੇ ਪੁੱਤਰਾ ਨਾਲ ਬਹਾਰਾ ਵੇ ਜੋ ਸਾ ਟੁੱਟਿਆ ਜ਼ਿੰਦਗੀ ਨਾਲੋਂ ਵੇ ਪੁੱਤਰਾ ਜੋ ਸਾ ਟੁੱਟਿਆ ਜ਼ਿੰਦਗੀ ਨਾਲੋਂ ਉਹ ਵਾਪਸ ਕਦੇ ਵੀ ਜੁੜਿਆ ਨਾ ਹਏ ਵਿਲਕ ਵਿਲਕ ਕੇ ਮਾਂ ਮਰ ਗਈ ਪੱਤ ਪੁੱਤ ਪਰਦੇਸੋਂ ਮੁੜਿਆ ਨਾ ਵਿਲਕ ਵਿਲਕ ਕੇ ਮਾਂ ਮਰ ਗਈ ਪਰ ਪੁੱਤ ਪਰਦੇਸੋਂ ਮੁੜਿਆ ਨਾ ਕਿਆ ਹੀ ਬਾਤ ਹੈ ਬਹੁਤ ਹੀ ਸੋਹਣਾ ਗਾਣਾ ਮੈਂ ਕਵਾਂਗੀ ਦਿਲ ਨੂੰ ਛੂ ਜਾਣ ਵਾਲੇ ਇਹਦੇ ਲਿਰਿਕਸ ਹੈ ਤੇ ਓਨੀ ਸੋਹਣੀ ਤੁਹਾਡੀ ਆਵਾਜ਼ ਥੈਂਕ ਯੂ ਜੀ ਥੈਂਕ ਯੂ ਹੁਣ ਜਿਹੜਾ ਗੀਤ ਸਾਡਾ ਹੁਣ ਰਿਲੀਜ਼ ਹੋਣ ਜਾ ਰਿਹਾ ਬਾਪੂ ਦੀ ਪੈਨਸ਼ਨ ਤੁਹਾਨੂੰ ਉਹ ਸੁਣਾਉਂਦੇ ਹਾਂ ਚੰਗਾ ਲੱਗਾ ਤਾਂ ਤੁਸੀਂ ਜ਼ਰੂਰ ਇਹਨੂੰ ਸ਼ੇਅਰ ਕਰਿਓ ਵੰਡ ਮਾਪਿਆਂ ਨਾਲੋਂ ਮੈਂ ਕਹਾਣੀ ਚੰਨਾ ਰੱਖ ਵੱਖੋ ਵੱਖ ਸਮਾਨ ਚੰਨਾ ਮੇਰਾ ਬਾਪੂ ਪੈਨਸ਼ਨ ਆਇਆ ਨੀ ਉਹ ਵਾਧੂ ਨੋਟ ਲਿਆਇਆ ਨੀ ਮੇਰਾ ਬਾਪੂ ਪੈਨਸ਼ਨ ਆਇਆ ਨੀ ਉਹ ਵਾਧੂ ਨੋਟ ਲਿਆਇਆ ਨੀ ਤੂੰ ਸੇਵਾ ਕਰ ਬਜ਼ੁਰਗਾਂ ਦੀ ਤੂੰ ਸੇਵਾ ਕਰ ਬਜ਼ੁਰਗਾਂ ਦੀ ਲਾ ਫੁੱਲ ਕੇ ਚਾਰ ਫੜਾਈ ਜਾ ਬੇਬੇ ਨਾਲ ਮਿੱਠੀ ਹੋ ਕੇ ਨੀ ਬਾਪੂ ਦੀ ਪੈਨਸ਼ਨ ਖਾਈ ਜਾ ਬੇਬੇ ਨਾਲ ਮਿੱਠੀ ਹੋ ਕੇ ਨੀ ਬਾਪੂ ਦੀ ਪੈਨਸ਼ਨ ਖਾਈ ਜਾ ਤੇਰਾ ਪਿਓ ਬਥੇਰਾ ਸਾਊ ਆ ਪਰ ਮਾਂ ਕਲੇਸ਼ ਦੀ ਮੁੰਡੀ ਵੇ ਮੈਂ ਸੇਵਾ ਕਰਨੀ ਕੀ ਉਹਦੀ ਉਹ ਬੜੀ ਲੜਾਕੀ ਮੁੰਡੀ ਵੇ ਕਲ ਗਲੋ ਲੋਹਾ ਕੇ ਰੱਖ ਲਿਆ ਕਲ ਗਲੋ ਲੋਹਾ ਕੇ ਰੱਖ ਲਿਆ ਪਾਇਆ ਸੀ ਜਿਹੜਾ ਗਹਿਣਾ ਤੇਰੇ ਬੁੜੇ ਬੁੜੇ ਦਾਵੇ ਟੋਲਾ ਸਾਥੋਂ ਨੀ ਲੰਗਰ ਲੈਣਾ ਤੇਰੇ ਬੁੜੇ ਬੁੜੇ ਦਾਵੇ ਟੋਲਾ ਸਾਥੋਂ ਨੀ ਲੰਗਰ ਲੈਣਾ ਤੂੰ ਵੀ ਤਾਂ ਲੱਗੀ ਨੀ ਕੁਝ ਵੀ ਅੱਗਾ ਪਿੱਛਾ ਮਾਂ ਭਾਰਤ ਵਾਲਾ ਜੰਗ ਕੁੜੇ ਹੈ ਘਰ ਵਿੱਚ ਰਹਿੰਦਾ ਹੀ ਲੱਗਾ ਮਾਂ ਭਾਰਤ ਵਾਲਾ ਜੰਗ ਕੁੜੇ ਹੈ ਘਰ ਵਿੱਚ ਰਹਿੰਦਾ ਹੀ ਲੱਗਾ ਨੀ ਉਹ ਬੋਲਦੀ ਆ ਤੇ ਬੋਲਣ ਦੇ ਬੇਬੇ ਬੋਲਦੀ ਆ ਤੇ ਬੋਲਣ ਦੇ ਤੂੰ ਪੈਰਾਂ ਨੂੰ ਹੱਥ ਲਾਈ ਜਾ ਬੇਬੇ ਨਾਲ ਮਿੱਠੀ ਹੋ ਕੇ ਨੀ ਬਾਪੂ ਦੀ ਪੈਨਸ਼ਨ ਖਾਈ ਜਾ ਬੇਬੇ ਨਾਲ ਮਿੱਠੀ ਹੋ ਕੇ ਨੀ ਬਾਪੂ ਦੀ ਪੈਨਸ਼ਨ ਖਾਈ ਜਾ ਜਿਹੜਾ ਵਰਲਡ ਫੇਮਸ ਗੀਤ ਹੋਇਆ ਉਹ ਲੈ ਕੇ ਹਾਜ਼ਰ ਹੋਣ ਲੱਗੇ ਆ ਤੂੰ ਅੱਖਾਂ ਨਾਲ ਗੱਲਾਂ ਕਰਦੀ ਨੀ ਲੱਗਦੀ ਹੀਰ ਵਰਗੀ ਜਿੰਦ ਕੱਢਦਾ ਈ ਚੋਰੀ ਚੋਰੀ ਤੱਕ
ਲੱਗਣਾ ਨੀ ਮੁੰਡੇ ਕਹਿੰਦੇ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਸਾਲ ਸੋਲਵਾ ਕੱਲ ਤੈਨੂੰ ਲੱਗਣਾ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਕੋਈ ਇਹ ਗੁਲਾਬ ਆਖਦਾ ਵੇ ਕੋਈ ਇਹ ਸ਼ਰਾਬ ਆਖਦਾ ਮੈਂ ਨਾ ਡਰਦੀ ਸ਼ਕੀਨੀ ਬਾਤੀ ਲਾਵਾਂ ਵੇ ਜਣਾ ਖਣਾ ਵੇ ਜਣਾ ਖਣਾ ਮਾਰੇ ਸੀਟੀਆਂ ਬਣ ਠਣ ਕੇ ਗਲੀ ਚ ਜਦੋਂ ਜਾਵਾਂ ਵੇ ਜਣਾ ਖਣਾ ਮਾਰੇ ਸੀਟੀਆਂ ਵੇ ਜਣਾ ਖਣਾ ਮਾਰੇ ਸੀਟੀਆਂ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਵੇ ਜਣਾ ਖਣਾ ਮਾਰੇ ਸੀਟੀਆਂ ਵੇ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਵੇ ਜਣਾ ਖਣਾ ਮਾਰੇ ਸੀਟੀਆਂ ਬਹੁਤ ਵਧੀਆ ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਹੀ ਵਧੀਆ ਲੱਗਾ ਥੈਂਕ ਯੂ ਅਤੇ ਥੈਂਕ ਯੂ ਸੋ ਮਚ ਨਹੀਂ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਸਾਰੀ ਟੀਮ ਦਾ ਧੰਨਵਾਦ ਥੈਂਕ ਯੂ ਸਾਡੇ ਵੱਲੋਂ ਥੈਂਕ ਯੂ ਹੁਣ ਮੈਂ ਅੱਗੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੇ ਬੇਟੇ ਨੂੰ ਅੱਗੇ ਲਿਆ ਰਿਹਾ ਮੇਰਾ ਬੇਟੇ ਦਾ ਨਾਂ ਹੈ ਦੱਸੋ ਬੜਾ ਜੀ ਨਾਂ ਆਪਣਾ ਬਲਵਿੰਦਰ ਬੁੱਗਾ ਬਲਵਿੰਦਰ ਬੁੱਗਾ ਪੀ ਐੱਸ ਬੁੱਗਾ ਅਤੇ ਸਾਡਾ ਦੋਵਾਂ ਦਾ ਪਿਓ ਪੁੱਤਾਂ ਦਾ ਇੱਕ ਟਰੈਕ ਆ ਰਿਹਾ ਕਾਲੀ ਉਹਨੂੰ ਸੁਣਾਉਣ ਲੱਗਿਆ ਜੀ ਠੀਕ ਹੈ ਜੀ ਥੈਂਕ ਯੂ ਵਾਲੀ ਅੱਖ ਨਹੀਂ ਉਹ ਡਰਦਾ ਕਿਸੇ ਤੋਂ ਉਹਦੀ ਬਾਜ ਵਾਲੀ ਅੱਖ ਨਹੀਂ ਉਹ ਡਰਦਾ ਕਿਸੇ ਤੋਂ ਰੱਖੇ ਰੱਬ ਤੇ ਯਕੀਨ ਉੱਠ ਕੇ ਚਾਣਾ ਉਹ ਚਾਣਾ ਸਵੇਰੇ ਦੰਦੀ ਵੱਢ ਲੈਂਦਾ ਇਹ ਨੀ ਮੁੰਡਾ ਕਾਲੀ ਦਾ ਸ਼ੌਕੀਨ ਉੱਠ ਕੇ ਸਵੇਰੇ ਦੰਦੀ ਵੱਢ ਲੈਂਦਾ ਇਹ ਨੀ ਮੁੰਡਾ ਕਾਲੀ ਦਾ ਸ਼ੌਕੀਨ ਉਹ ਭਾਵੇਂ ਕੁੜਤਾ ਪਜਾਮਾ ਉਹ ਡੱਬ ਵਿੱਚ ਬੱਤੀ ਬੋਰੇ ਪੱਗ ਪੇਚਾਂ ਵਾਲੀ ਬੰਨੇ ਥੈਂਕ ਯੂ ਜੀ